ਜਲੰਧਰ ਦੀ ਸੀਟ ਸਭ ਤੋਂ ਹੋਟ ਸੀਟ ਮੰਨੀ ਗਈ ਹੈ, ਔਰ ਇਸ ਵਾਰ ਵੀ ਜੋ ਮੁਕਾਬਲਾ ਕਹਿ ਸਕਦਾ ਕਿ ਦਿਲਚਸਪ ਮੁਕਾਬਲਾ ਰਹੇਗਾ। ਸੁਸ਼ੀਲ ਰਿੰਕੂ ਨੂੰ ਟਿਕਟ ਦਿੱਤੀ BJP ਨੇ, ਉਸ ਤੋਂ ਪਹਿਲਾਂ ਕਾਂਗਰਸ ਸੀ, ਔਰ ਪਾਰੀ ਬਦਲਦੀ ਬਦਲਦੀ ਲਾਸਟ 'ਤੇ ਆ ਕੇ ਜੋ ਉਹ ਸਿਮਟੀ ਹੈ ਤਾਂ BJP 'ਤੇ। ਉਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਇੱਕ ਵੱਡਾ ਨਾਮ ਸੀ, ਉਸ ਨੂੰ ਕਾਂਗਰਸ ਨੇ ਟਿਕਟ ਦਿੱਤੀ ਹੈ, ਔਰ ਅਕਾਲੀ ਦਲ ਨੇ ਜੇ ਜੋ ਟਿਕਟ ਦੇਣੀ ਹੈ ਉਹ ਬਾਕੀ ਹੈ। ਉਸ ਤੋਂ ਸ਼ਹਿਰੀ ਪ੍ਰਧਾਨ ਗੌਰਵ ਜੈਨ ਸਾਡੇ ਨਾਲ, ਉਹ ਪਿਛਲੀ ਵਾਰ ਜੋ ਮੁਕਾਬਲਾ ਸੀ, ਮੁਕਾਬਲਾ ਕਹਿ ਸਕਦਾ ਕਿ ਨਕੋਦਾ ਦੇ ਵਿੱਚ ਕਾਂਗਰਸ ਦੀ ਜੋ ਕਾਰਜਕਾਰੀ ਚੰਗੀ ਸੀ ਪਰ ਇੰਨੀ ਚੰਗੀ ਵੀ ਨਹੀਂ ਸੀ ਆਪਾਂ ਕਹਿ ਸਕਦੇ, ਔਰ ਕਾਫੀ ਪਛੜੀ ਹੋਈ ਸੀ। ਇਸ ਤੋਂ ਬਾਅਦ ਨਵੇਂ ਪ੍ਰਧਾਨ ਬਣਿਆ ਗੌਰਵ ਜੈਨ, ਇਹ ਕਿਸ ਤਰ੍ਹਾਂ ਚੰਨੀ ਦੇ ਚਿਹਰੇ ਨੂੰ ਅੱਗੇ ਲੈ ਕੇ ਜਾਣਗੇ, ਗੱਲਬਾਤ ਆਪਾਂ ਕਰਦੇ ਹਾਂ। ਸਰ ਪਹਿਲਾਂ ਤਾਂ ਇਹੀ ਮੇਰਾ ਪਹਿਲਾ ਸਵਾਲ ਹੈ, ਕਿਸ ਤਰ੍ਹਾਂ ਚਿਹਰਾ ਚਰਨਜੀਤ ਚੰਨੀ, ਇੱਕ ਚਰਜੀ ਚਿਹਰਾ ਸਾਬਕਾ ਮੁੱਖ ਮੰਤਰੀ ਹੈ, ਔਰ ਨਕੋਦਰ ਵਿੱਚ ਜਲੰਧਰ ਵਿੱਚ ਉਹਨੂੰ ਟਿਕਟ ਕਾਂਗਰਸ ਵੱਲੋਂ ਤੁਹਾਡੀ ਪਾਰਟੀ ਨੇ ਦਿੱਤੀ ਹੈ, ਕਿਸ ਤਰ੍ਹਾਂ ਦੇਖਦੇ ਹੋ? ਪਹਿਲਾਂ ਤਾਂ ਹਰਦੀਪ ਜੀ ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਾਡੇ ਕੋਲ ਅੱਜ ਆਏ ਹੋ। ਦੂਸਰਾ ਇੱਕ ਹੋਰ ਵੀ ਤੁਹਾਨੂੰ ਧੰਨਵਾਦ ਕਰਦੇ ਵੀ ਜਦੋਂ ਚੰਨੀ ਜੀ ਨੂੰ ਟਿਕਟ ਅਨਾਊਂਸ ਹੋਈ ਔਰ ਸਭ ਤੋਂ ਪਹਿਲਾਂ ਤੁਸੀਂ ਦੱਸਿਆ, ਦਰਸ਼ਕਾਂ ਨੂੰ ਸਾਡੇ ਥਰੂ ਦੱਸਿਆ, ਤੁਹਾਡਾ ਬਹੁਤ ਆਭਾਰ ਪ੍ਰਗਟ ਕਰਦੇ ਹਾਂ ਅਸੀਂ। ਬਾਕੀ ਜਿਹੜਾ ਤੁਸੀਂ ਸਵਾਲ ਮੈਨੂੰ ਕੀਤਾ, ਚੰਨੀ ਸਾਹਿਬ ਕਿਸੇ ਜਾਣ ਪਛਾਣ ਦੇ ਮੁਤਾਜ ਨਹੀਂ ਹੈਗੇ। ਚੰਨੀ ਸਾਹਿਬ ਨੇ ਜੋ ਐਜ਼ ਏ CM ਰਹਿੰਦੇ ਪੰਜਾਬ 'ਚ ਕੰਮ ਕੀਤਾ, ਉਹਨਾਂ ਨੇ ਇਕੱਲਾ ਕੰਮ ਕਿਸੇ ਇੱਕ ਵਰਗ ਵਾਸਤੇ ਨਹੀਂ ਕੀਤਾ, ਉਹਨਾਂ ਨੇ ਸਾਰੇ ਪੰਜਾਬ ਨੂੰ ਇਕੱਠਾ ਰੱਖਦੇ ਹੋਏ, ਸਾਰੇ ਵਰਗਾਂ ਨੂੰ ਇਕੱਠਾ ਰੱਖਦੇ ਹੋਏ, ਚਾਹੇ ਉਹ ਵਪਾਰੀ ਤਬਕਾ ਸੀ, ਚਾਹੇ ਉਹ ਜ਼ਿਮੀਂਦਾਰ ਤਬਕਾ ਸੀ, ਚਾਹੇ ਉਹ ਸ਼ਡਿਊਲ ਕਾਸਟ ਤਬਕਾ ਸੀ, ਚਾਹੇ ਉਹ ਪਿਛੜੀ ਸ਼੍ਰੇਣੀਆਂ ਸੀਗੀਆਂ, ਚਾਹੇ ਜਨਰਲ ਕਾਸਟ ਦੇ ਬੰਦੇ ਸੀਗੇ, ਉਹਨਾਂ ਨੇ ਸਾਰਿਆਂ ਵਾਸਤੇ ਸੋਚਿਆ। ਜਿਹੜੀ ਇਹਨਾਂ ਦੀ ਸੋਚ ਆ, ਉਹ ਸੋਚ ਕਰਕੇ ਹੀ ਅੱਜ ਲੋਕ ਚੰਨੀ ਸਾਹਿਬ ਨੂੰ ਪਿਆਰ ਕਰਦੇ ਆ। ਔਰ ਮੈਨੂੰ ਪੂਰਨ ਆਸ ਆ ਵੀ ਪਾਰਟੀ ਹਾਈਕਮਾਨ ਨੇ ਜਿਹੜਾ ਇਹ ਫੈਸਲਾ ਲਿਆ ਵਾ, ਮੈਨੂੰ ਲੱਗਦਾ ਪੰਜਾਬ ਦੇ ਵਿੱਚੋਂ, ਮੈਂ ਜਿਹੜੀ ਬੜੀ ਵੱਡੀ ਗੱਲ ਕਹਿ ਰਿਹਾ ਵੀ ਸਭ ਤੋਂ ਜ਼ਿਆਦਾ ਲੀਡਰਾਂ ਜਲੰਧਰ ਲੋਕ ਸਭਾ ਹਲਕਾ ਕਾਂਗਰਸ ਪਾਰਟੀ ਜਿੱਤਣ ਜਾ ਰਹੀ ਹੈ। ਸਰ ਜੇਕਰ ਪਿਛਲੀ ਆਪਣੀ ਜ਼ਿਮਨੀ ਚੋਣ ਦੀ ਗੱਲ ਕਰੀਏ ਤਾਂ ਕਹਿ ਸਕਦੇ ਹਾਂ ਕਿ ਗੱਲ ਸਪਸ਼ਟ ਹੈ ਕਿ ਕਾਂਗਰਸ ਦੀ ਜੋ ਕਾਰਜਕਾਰੀ ਸੀ ਇੰਨੀ ਚੰਗੀ ਨਹੀਂ ਰਹੀ। ਉਸ ਤੋਂ ਬਾਅਦ ਇਸ ਵਾਰ ਕਿੰਨੇ ਕੁ ਤੁਸੀਂ ਨਵੇਂ ਯੂਨਿਟ ਪੈਦਾ ਕੀਤੇ ਆ, ਔਰ ਕਿਸ ਤਰ੍ਹਾਂ ਇਹ ਸਾਰਾ ਦੇਖਦੇ ਹੋ ਕਿ ਕਿੰਨਾ ਕੁ ਨਕੋਦਰਾ ਜਿਹਾ ਵੋਟ ਬੈਂਕ ਹੈ ਉਹ ਇਸ ਪਾਸੇ ਨੂੰ ਕਿਸ ਤਰ੍ਹਾਂ ਲੈ ਕੇ ਆਉਂਗੇ? ਦੇਖੋ ਜੀ, ਜਦੋਂ ਤੁਸੀਂ ਪਿਛਲੀ ਬਾਲ ਇਲੈਕਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ, ਮਿਹਨਤ ਦੀ ਕਮੀ ਉਦੋਂ ਵੀ ਨਹੀਂ ਸੀਗੀ, ਪਰ ਬਾਲ ਇਲੈਕਸ਼ਨ ਜਿਹੜੀ ਹੁੰਦੀ ਉਹ ਜਿਹੜੀ ਰੂਲਿੰਗ ਸੱਤਾ ਪਾਰਟੀ ਹੁੰਦੀ ਆ ਆਮ ਤੌਰ 'ਤੇ ਦੇਖਿਆ ਉਹਦੀ ਹੁੰਦੀ ਆ। ਪੂਰਾ ਸਰਕਾਰੀ ਤੰਤਰ ਆਮ ਆਦਮੀ ਪਾਰਟੀ ਨੇ ਇੱਥੇ ਲਾ ਤਾ, ਹਰ ਤਰ੍ਹਾਂ ਦਾ ਪ੍ਰਯੋਗ ਉਹਨਾਂ ਨੇ ਕੀਤਾ, ਚਾਹੇ ਉਹ ਫਾਈਨੈਂਸ਼ਲੀ ਆ, ਚਾਹੇ ਉਹ ਵੈਸੇ ਗੱਡੀਆਂ ਦਾ, ਸਰਕਾਰੀ ਅਦਾਰਿਆਂ ਦਾ, ਉਹਨਾਂ ਨੇ ਪੂਰਾ ਇਨਫਲੂਐਂਸ ਆਪਣਾ ਵਰਤ ਕੇ ਨੋ ਡਾਊਟ ਉਹ ਜਿੱਤੇ ਆ। ਪਰ ਇਸ ਵਾਰੀ ਸਮੀਕਰਨ ਬਿਲਕੁਲ ਹੋਰ ਆ, ਔਰ ਜੋ ਤੁਹਾਨੂੰ ਮੈਂ ਆਪਣੇ ਬਾਰੇ ਦੱਸ ਸਕਦਾ, ਪਿਛਲੇ 8-9 ਮਹੀਨੇ ਜਦੋਂ ਮੈਨੂੰ ਪਾਰਟੀ ਹਾਈਕਮਾਨ ਨੇ ਨਕੋਦਰ ਦਾ ਇੰਚਾਰਜ ਲਾਇਆ, ਪ੍ਰਧਾਨ ਬਣਾਇਆ, ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਆਪਣਾ ਪੂਰਾ ਯੂਨਿਟ ਇੱਥੇ ਨਕੋਦਰ ਕੰਮ ਕਰ ਲਿਆ ਵਾ। ਹਰ ਵਾਰਡ 'ਚ ਸਾਡੇ ਵਲੰਟੀਅਰ ਤਿਆਰ ਆ, ਹਰ ਬੂਥ ਲੈਵਲ ਸਾਡੇ ਵਰਕਰ ਤਿਆਰ ਆ, ਔਰ ਚੰਨੀ ਸਾਹਿਬ ਦਾ ਇੱਕ ਲੋਕਾਂ ਨੂੰ ਚਾਅ ਹੀ ਇੰਨਾ ਵਾ ਵੀ ਲੋਕ ਆਪ ਮੁਹਾਰੇ, ਮੇਰਾ ਕਿ ਮੇਰੇ ਕੋਲ ਘੱਟੋ ਘੱਟ ਕੱਲ੍ਹ ਦੇ 100 ਫੋਨ ਮੈਨੂੰ ਵਧਾਈਆਂ ਦਾ ਆ ਚੁੱਕਾ ਹੋਣਾ ਵੀ ਚੰਨੀ ਸਾਹਿਬ ਆਏ, ਬਹੁਤ ਅੱਛੀ ਗੱਲ ਹੋਈ। ਸਰ ਆਪਾਂ ਪਿਛਲੇ ਜੇ ਆਪਾਂ ਜ਼ਿਮਨੀ ਚੋਣ ਦੀ ਗੱਲ ਕਰੀਏ ਤਾਂ ਸੁਸ਼ੀਲ ਕੁਮਾਰ ਜੋ ਰਿੰਕੂ ਸੀ ਆਪ ਦੇ ਵੱਲੋਂ ਜਿੱਤਦੇ ਆ, ਉਸ ਤੋਂ ਬਾਅਦ ਉਹਨਾਂ ਨੇ ਤੁਹਾਡੀ ਕਾਂਗਰਸ ਪਾਰਟੀ 'ਚ ਵੀ ਕੰਮ ਕੀਤਾ, ਅਤੇ ਹੁਣ ਤੀਜੀ ਧਿਰ BJP ਚਿਹਰਾ ਉਹੀ ਆ, ਪਾਰਟੀ ਬਦਲ ਗਈ ਆ, ਕੋਈ ਇਫੈਕਟ ਰਹੂਗਾ? ਤੁਸੀਂ ਇਹ ਗੱਲ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਕਾਂਗਰਸ ਪਾਰਟੀ ਕੋਲ ਇੰਨੇ ਉਮੀਦਵਾਰ ਲੋਕ ਸਭਾ ਦੇ ਜਲੰਧਰ ਦੇ ਵਿੱਚ ਵੀ ਸੀਗੇ, ਆਹ ਦੂਜੀਆਂ ਪਾਰਟੀਆਂ ਤੋਂ ਉਮੀਦਵਾਰ ਹੀ ਹੈ ਨਹੀਂ, ਕੋਈ ਦੂਸਰੀਆਂ ਪਾਰਟੀਆਂ ਕੋਲ ਉਮੀਦਵਾਰ ਹੈ ਹੀ ਕੋਈ ਨਹੀਂ। ਉਹ ਜਾਂ ਤੱਕ ਸਾਡਾ ਉਮੀਦਵਾਰ ਹੋਣਾ, ਉਹ ਚਾਹੇ ਉਹ ਆਪ ਚੱਲ ਗਿਆ,
ਚਾਹੇ ਉਹ ਬੀਜੇਪੀ ਚਲ ਗਿਆ। ਸਾਡੇ ਕੋਲ ਅੱਜ ਦੀ ਡੇਟ ਵਿੱਚ ਵੀ ਚਲੋ ਚੰਨੀ ਸਾਹਿਬ ਬਹੁਤ ਸਾਡੇ ਬਹੁਤ ਅੱਛੀ ਗੱਲ ਹੋਈ, ਚੰਨੀ ਸਾਹਿਬ ਨੂੰ ਜਿਹੜੀ ਟਿਕਟ ਦਿੱਤੀ ਆ, ਵਿਨਿੰਗ ਕੈਂਡੀਡੇਟ ਆ। ਅੱਜ ਦੀ ਡੇਟ ਵਿੱਚ ਵੀ ਸਾਡੇ ਕੋਲ ਕਈ ਉਮੀਦਵਾਰ ਲੋਕ ਸਭਾ ਇਲੈਕਸ਼ਨ ਲੜਨ ਨੂੰ ਤਿਆਰ ਬੈਠੇ। ਦੂਜੀ ਪਾਰਟੀਆਂ ਕੋਲ ਉਮੀਦਵਾਰ ਹੀ ਨਹੀਂ ਕੋਈ, ਨਾ ਅਕਾਲੀ ਦਲ ਕੋ ਉਮੀਦਵਾਰ, ਨਾ ਬੀਜੇਪੀ ਕੋ ਉਮੀਦਵਾਰ, ਨਾ ਆਪ ਕੋ ਉਮੀਦਵਾਰ। ਤੁਸੀਂ ਸਰ ਉਮੀਦਵਾਰ ਦੀ ਗੱਲ ਕੀਤੀ, ਪਰ ਉਹ ਕਹਿੰਦੇ ਕਿ ਅਸੀਂ ਤਾਂ ਬੀਜੇਪੀ ਵਾਲੇ ਕਹਿੰਦੇ ਕਿ ਸਾਡੇ ਜਦੋਂ ਸਾਡੀ ਪਾਰਟੀ 'ਚ ਕੋਈ ਬੰਦਾ ਆ ਜਾਂਦਾ, ਰਿੰਕੂ ਆ ਗਿਆ, ਕਹਿੰਦੇ ਬੜੇ ਉਹਦੇ ਅੰਦਰ ਸਵਾਦ ਆ, ਕਹਿੰਦੇ ਹੁਣ ਸਾਰੇ ਸਵਾਲ ਉਹ ਕੱਢਣਗੇ, ਅਸੀਂ ਤਾਂ ਕਦੇ ਆਪਦੇ ਹਿਸਾਬ ਨਾਲ ਚਲਾਵਾਂਗੇ ਉਹਨਾਂ ਨੂੰ। ਦੇਖੋ ਬੜੀ ਵਧੀਆ ਤੁਸੀਂ ਗੱਲ ਕੀਤੀ ਆ, ਉਹ ਇੱਕ ਟੀ ਵੀ 'ਚ ਵੀ ਐਡ ਆਉਂਦੀ ਹੁੰਦੀ ਆ, ਸੋਸ਼ਲ ਮੀਡੀਆ ਵੀ ਐਡ ਆਉਂਦੀ ਹੁੰਦੀ ਆ, ਵੀ ਜਿਹੜਾ ਬੰਦਾ ਚਾਹੇ ਉਹ ਆਪ ਚਲੇ ਗਿਆ ਉਹ ਦੁੱਧ ਧੋਤਾ ਹੋ ਜਾਂਦਾ, ਜੇ ਉਹ ਬੀਜੇਪੀ ਚਲ ਗਿਆ ਉਹਦਾ ਸਾਰਾ ਕ੍ਰਾਈਮ ਸਾਰੀ ਕਰਪਸ਼ਨ ਸਾਰੀ ਮੁਕਤ ਹੋ ਜਾਂਦੀ ਆ। ਇਹ ਹਾਲਾਤ ਲੋਕਾਂ ਨੂੰ ਦਿਖਦੇ ਆ, ਲੋਕ ਇਸ ਗੱਲ ਨੂੰ ਭਣੀ ਭਾਤੀ ਜਾਣੂ ਆ, ਬਈ ਇਹ ਜਿਹੜੀਆਂ ਪਾਰਟੀਆਂ ਵਾ, ਬੰਦੇ ਜਦੋਂ ਸਾਡੀ ਕਾਂਗਰਸ ਪਾਰਟੀ 'ਚ ਆ ਉਦੋਂ ਕਰਪਟ ਵਾ, ਉਦੋਂ ਇਮਾਨਦਾਰ ਨਹੀਂ ਹੈਗੇ, ਉਦੋਂ ਉਹਨਾਂ ਦੇ ਕਈ ਚਾਰਜ ਲੱਗੇ। ਜਦੋਂ ਦੂਜੀਆਂ ਪਾਰਟੀ ਚਲ ਜਾਂਦੇ ਆ ਉਹਨਾਂ ਤੋਂ ਵਧੀਆ ਬੰਦਾ ਹੀ ਕੋਈ ਨਹੀਂ ਹੁੰਦਾ। ਲੋਕ ਇਸ ਗੱਲ ਨੂੰ ਸਮਝ ਚੁੱਕੇ ਆ, ਲੋਕ ਹੁਣ ਇੱਦਾਂ ਦੇ ਲੀਡਰਾਂ 'ਚ ਯਕੀਨ ਕਦੀ ਨਹੀਂ ਕਰਨਗੇ ਜਿਨ੍ਹਾਂ ਨੂੰ, ਜਦੋਂ ਹੁਣ ਸ਼੍ਰੀ ਰਿੰਕੂ ਲਾ ਲਈਏ ਆਪਾਂ, ਪਹਿਲਾਂ ਕਾਂਗਰਸ ਸੀਗੇ, ਫਿਰ ਮੁੜ ਕੇ ਆਪ 'ਚ ਲੜੇ, ਆਪ ਨੇ ਜਿੱਤ ਗਏ, ਹੁਣ ਉਹ ਬੀਜੇਪੀ 'ਚ ਆ ਗਏ, ਲੋਕ ਕਿੱਦਾਂ ਉਹਨਾਂ ਯਕੀਨ ਕਰਨਗੇ? ਜਿਹੜਾ ਆਪਣੀ ਪਾਰਟੀ ਦਾ ਸਗਾ ਨਹੀਂ ਹੋਇਆ ਉਹ ਲੋਕਾਂ ਦਾ ਕਿੱਥੋਂ ਸਗਾ ਰਹੂਗਾ? ਸਰ ਪਾਰਟੀ ਦੀ ਆਪਾਂ ਗੱਲ ਲਗਾਤਾਰ ਚੱਲ ਰਹੀ ਹੈ, ਤਾਂ ਦੂਸਰੀਆਂ ਜਿੰਨੀਆਂ ਵੀ ਪਾਰਟੀ ਸੀ ਉਹ ਲਗਾਤਾਰ ਉਹ ਮੀਟਿੰਗਾਂ ਦਾ ਦੌਰ ਉਹਨਾਂ ਦਾ ਜਾ ਰਹੀ ਹੈ ਕਿ ਤੁਹਾਡੀ ਕਾਂਗਰਸ ਪਾਰਟੀ ਵੱਲੋਂ ਕੋਈ ਮੀਟਿੰਗ ਆ, ਕਹਿੰਦਾ ਕਿ ਕਦੋਂ ਸ਼ੁਰੂਆਤੀ ਦਿਨ ਨੇੜੇ ਰਹਿੰਦੇ, ਕਹਿੰਦਾ ਕਿ ਛੋਟੀਆਂ ਨੁੱਕੜ ਮੀਟਿੰਗਾਂ ਹੁੰਦੀਆਂ, ਅਤੇ ਹੁਣ ਕਿੱਦਾਂ ਮੀਟਿੰਗਾਂ ਦਾ ਦੌਰ ਕਿਸ ਤਰ੍ਹਾਂ ਚੱਲ ਰਿਹਾ? ਦੇਖੋ ਸਮੇਂ ਤੋਂ ਪਹਿਲਾਂ ਜਿਹੜਾ ਭੱਜਣਾ ਉਹ ਵੀ ਬੜਾ ਵਧੀਆ ਨਹੀਂ ਹੁੰਦਾ, ਜਦੋਂ ਰੇਸ ਜਿੱਤਣੀ ਹੁੰਦੀ ਨਾ ਉਦੋਂ ਸਮੇਂ ਸਿਰ ਜਿੱਤ ਹੁੰਦੀ ਆ। ਇਹ ਬੰਦੇ ਤਾਂ ਪਹਿਲਾਂ ਹੀ ਥੱਕ ਜਾਣੇ ਆ, ਜੇ ਤੁਸੀਂ ਸੋਚੋ ਬਈ ਆਹ ਛੋਟੀ ਛੋਟੀ ਮੀਟਿੰਗਾਂ ਕਰਕੇ ਅਸੀਂ 2-4 ਮਹੀਨੇ ਪਹਿਲਾਂ ਹੀ ਆਪਣੇ ਵਲੰਟੀਅਰ ਜਾਂ ਆਪਣੇ ਵਰਕਰ ਥਕਾ ਲਈਏ, ਜੇ ਲੋੜ ਆ ਲੋੜ ਤਾਂ ਹੋਣਾ। ਉਹ ਚੰਨੀ ਸਾਹਿਬ ਵੀ ਕਹਿੰਦੇ ਸਮੇਂ ਤੋਂ ਪਹਿਲਾਂ ਜਰਾਬਾਂ ਗਿੱਲੀਆਂ ਕਰ ਲਈਏ, ਉਹਦਾ ਫਾਇਦਾ ਕੀ ਆ? ਲੋੜ ਹੋਣ ਵਾ, ਹੁਣ ਸਾਡੇ ਹਲਕੇ ਦੇ ਜਿਹੜੇ ਇੰਚਾਰਜ ਡਾਕਟਰ ਨਿਯੋਜਨ ਸੰਧਈਆ ਵਾ, ਉਹ ਘਰ ਘਰ ਜਾਣਗੇ, ਲੋਕਾਂ ਨੂੰ ਆਪਣੀ ਅਪੀਲ ਕਰਨਗੇ, ਔਰ ਜਾ ਵੀ ਰਹੇ ਹਾਂ। ਸਾਡੀ ਜਿਹੜੀ ਮੁਹਿੰਮ ਆ ਉਹ ਬੜੀ ਜ਼ੋਰ ਸ਼ੋਰ ਨਾਲ ਚੱਲੂਗੀ, ਤੁਸੀਂ ਦੇਖਿਓ ਆਉਣ ਵਾਲੇ ਸਮੇਂ ਦੇ ਵਿੱਚ ਨਕੋਦਰ ਨਹੀਂ ਪੂਰਾ ਪੰਜਾਬ ਕਾਂਗਰਸਮੇ ਹੋਏਗਾ। ਦੂਜੀ ਗੱਲ ਸਰ ਇੱਕ ਹੋਰ ਹੈ ਕਿ ਦੇਖੋ ਆਮ ਆਦਮੀ ਪਾਰਟੀ ਦੇ ਜਿੰਨੇ MLA ਸੀਗੇ ਉਹ ਹੀ ਜੀ ਉਹਨਾਂ ਨੂੰ MP ਦੀ ਟਿਕਟ ਦਿੱਤੀ ਗਈ ਹੈ, ਕਿਸ ਤਰ੍ਹਾਂ ਸਰ ਦੇਖਦੇ ਹੋ ਕਿ ਪਹਿਲਾਂ ਉਹ MLA ਸੀ ਉਸ ਤੋਂ ਬਾਅਦ ਹੁਣ MP ਦੀ ਟਿਕਟ ਵੀ ਉਹਨੂੰ ਦਿੱਤੀ? ਦੀਪ ਜੀ ਮੈਂ ਤਾਂ ਇਹ ਗੱਲ ਕਰਦਾ, ਦੇਖੋ ਤੁਸੀਂ ਕੈਂਡੀਡੇਟ ਹੋਣ ਤਾਂ ਗੱਲ ਕਰੀਏ ਨਾ ਆਪਾਂ, ਇਹਨਾਂ ਕੈਂਡੀਡੇਟ ਹੀ ਹੈ ਨਹੀਂ, ਇਹਨਾਂ ਕੋ ਕੈਂਡੀਡੇਟ ਇਹ ਦੂਜੀਆਂ ਪਾਰਟੀ ਨੂੰ ਖਿੱਚਣ ਦੀ ਬਜਾਏ ਆਪਣਾ ਕੈਂਡੀਡੇਟ ਕਿਉਂ ਨਹੀਂ ਤਿਆਰ ਕਰ ਸਕੇ? ਕਿਉਂਕਿ ਲੋਕ ਇਹਨਾਂ ਤੋਂ ਦੁਖੀ ਆ, ਚਾਹੇ ਉਹ ਪੰਜਾਬ ਦੀ ਸਰਕਾਰ ਆ ਚਾਹੇ ਉਹ ਕੇਂਦਰ ਸਰਕਾਰ ਆ। ਲੋਕਾਂ ਨੇ ਇਹ ਤੁਸੀਂ ਦੇਖਦੇ ਹਾਂ TV ਮੀਡੀਆ ਸੁਣਦੇ ਹਾਂ ਆਪਾਂ, ਇਲੈਕਟ੍ਰਿਕ ਮੀਡੀਆ ਆਉਂਦਾ, ਬੀਜੇਪੀ ਨੂੰ ਤਾਂ ਪਿੰਡਾਂ ਹੀ ਨਹੀਂ ਬਣ ਦੇ ਰਿਹਾ ਕੋਈ, ਜੋ ਹਾਲਾਤ ਆ। ਆਹ ਫਰੀਦਕੋਟ ਪਿੱਛੇ ਕੀ ਹੋਇਆ ਤੁਸੀਂ ਦੇਖ ਹੀ ਰਹੇ ਹੋ, ਸਾਰੇ ਲੋਕ ਬਹੁਤ ਦੁਖੀ ਆ। ਲੋਕਾਂ ਨੇ ਆਪਣਾ ਗੁੱਸਾ ਆਹ ਜਿਹੜੇ ਇੱਦਾਂ ਦੇ ਕੈਂਡੀਡੇਟ ਆ ਜਿਹੜੇ ਤਿੰਨ ਪਾਰਟੀਆਂ ਬਦਲ ਚੁੱਕੇ ਆ ਉਹਨਾਂ ਰੱਜ ਕੇ ਕੱਢਣਾ ਇਸ ਵਾਰੀ। ਇਹ ਪੰਜਾਬ ਆ, ਪੰਜਾਬ ਦੇ ਲੋਕ ਬਹੁਤ ਸਿਆਣੇ ਆ, ਪੰਜਾਬ ਲੋਕ ਸਮਝਦੇ ਆ, ਇਹ ਕਿਸਾਨਾਂ ਦੀ ਧਰਤੀ ਆ, ਮਜ਼ਦੂਰਾਂ ਦੀ ਧਰਤੀ ਆ, ਲੋਕ ਇਹਨੂੰ ਸਮਝਦੇ ਆ, ਪੀਰਾਂ ਫਕੀਰਾਂ ਦੀ ਧਰਤੀ ਆ, ਹਰ ਲੋਕ ਇਹਨਾਂ ਜਾਣਦੇ ਆ ਵੀ ਲੀਡਰਾਂ ਕੀ ਕਟੀਰੀਆ ਕਿ ਲੀਡਰਾਂ ਦਾ ਬਣ ਚੁੱਕਾ ਵਾ। ਮੈਂ ਤਾਂ ਆਪਣੇ ਵੱਲੋਂ ਅਪੀਲ ਕਰੂੰਗਾ ਨਕੋਦਨ ਵਾਸੀਆਂ ਨੂੰ ਵੀ ਔਰ ਪੂਰਾ ਜ਼ਿਲ੍ਹਾ ਜਲੰਧਰ ਦੇ ਜਿਹੜੇ ਸਾਡੇ ਸਾਰੇ ਵੋਟਰ ਸਪੋਟਰ ਆ, ਬਈ ਇਸ ਵੇਲੇ ਮੌਕਾ ਵਾ, ਇੱਦਾਂ ਦਾ ਜਿਹੜਾ ਕੈਂਡੀਡੇਟ ਆਪਾਂ ਨੂੰ ਮਿਲਿਆ ਵਾ ਹਾਈਕਮਾਂਡ ਦਿੱਤਾ ਸਰਦਾਰ ਚਰਨਜੀਤ ਸਿੰਘ ਚੰਨੀ ਜੀ,
ਇਹਨਾਂ ਨੂੰ ਇੰਨੀ ਭਾਰੀ ਵੋਟਾਂ ਜਿਤਾਓ ਕਿ ਸਾਡੀ ਜੇ ਸੈਂਟਰ 'ਚ ਕਾਂਗਰਸ ਸਰਕਾਰ ਬਣਦੀ ਆ ਔਰ ਇਹ ਇੱਕ ਕੈਬਨਿਟ ਰੈਂਕ ਦੇ ਮੰਤਰੀ ਬਣ ਕੇ ਜਾਣ ਜਾਂ ਸਾਡੇ ਪੰਜਾਬ ਦਾ ਹੋਰ ਖੁਸ਼ਹਾਲ ਬਣ ਸਕੇ ਪੰਜਾਬ ਸਾਡਾ। ਸਰ ਕੱਲ੍ਹ ਦੀ ਚਰਨਜੀਤ ਚੰਨੀ ਨੂੰ ਟਿਕਟ ਮਿਲੀ ਹੈ, ਸ਼ਾਇਦ ਤੁਹਾਨੂੰ ਕੋਈ ਫੋਨ ਕਾਲ ਜਾਂ ਕੋਈ ਰਾਬਤਾ ਕਾਇਮ ਹੋ ਸਕਿਆ, ਔਰ ਕੋਈ ਇੱਦਾਂ ਦਾ ਕੋਈ ਨਕੋਦਰ ਦੇ ਵਿੱਚ ਕਿੰਨੇ ਟਾਈਮ ਨੂੰ ਚੰਨੀ ਸਾਹਿਬ ਆ ਸਕਦੇ ਆ? ਨਹੀਂ, ਚੰਨੀ ਸਾਹਿਬ ਹਾਲੇ ਫਿਲਹਾਲ ਤਾਂ ਬਿਜ਼ੀ ਸ਼ਹਿਰ, ਅੱਜ ਮੇਰਾ ਖਿਆਲ ਸਵੇਰੇ ਹਰਿਮੰਦਰ ਸਾਹਿਬ ਮੱਥਾ ਟੇਕਣ ਗਏ, ਦੁਰਗਾਣਾ ਮੰਦਰ ਵਾਲਮੀਕ ਤੀਰਥ ਆਸ਼ਰਮ ਵੀ ਉਹਨਾਂ ਨੇ ਸਵੇਰੇ ਜਾਣਾ ਸੀ, ਜੋ ਜਿੰਨੀ ਮੈਨੂੰ ਜਾਣਕਾਰੀ ਆ। ਬਹੁਤ ਛੇਤੀ ਹੀ ਪ੍ਰੋਗਰਾਮ ਬਣੇਗਾ ਜੀ। ਚੰਨੀ ਸਾਹਿਬ ਹਮੇਸ਼ਾ ਹੀ ਸਾਡੇ ਵਿੱਚ ਆ, ਸਾਡੇ ਦਿਲਾਂ 'ਚ ਆ। ਅਸੀਂ ਵੀ ਜੇ ਦੇਖਿਆ ਜਾਵੇ ਅਸੀਂ ਉਹਨਾਂ ਦੇ ਵਰਕਰ ਬੈਠੇ ਹਾਂ, ਪਾਰਟੀ ਦੇ ਸਿਪਾਹੀ ਅਸੀਂ, ਸਾਡੀ ਜਿਹੜੀ ਡਿਊਟੀ ਉਹਨੇ ਲੱਗ ਚੁੱਕੀ ਆ। ਸਾਡੇ ਹਲਕੇ ਦੇ ਇੰਚਾਰਜ ਡਾਕਟਰ ਨਰੋਜ ਸਿੰਘ ਦਹੀਆ ਜੀ ਆ, ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਆ, ਉਹ ਸਮੇਂ ਸਮੇਂ ਸਿਰ ਸਾਨੂੰ ਕਾਲ ਕਰਕੇ ਸਾਡਾ ਵਰਕ ਪੁੱਛਦੇ ਤੁਸੀਂ ਕੀ ਕੀਤਾ, ਔਰ ਅਸੀਂ ਪੂਰੀ ਜਦੋ ਜਹਿਦ ਆ। ਇਹ ਨਕੋਦਰ ਜਿੰਨੀਆਂ ਬੂਥ ਸਾਡੇ 29 ਬੂਥ ਨਕੋਦਰ ਸ਼ਹਿਰ ਦੇ ਆ, ਅਸੀਂ ਕੋਸ਼ਿਸ਼ ਕਰਾਂਗੇ 29 ਦੇ 29 ਬੂਥਾਂ ਤੋਂ ਕਾਂਗਰਸ ਪਾਰਟੀ ਬਹੁਤ ਹੀ ਪ੍ਰਚੰਡ ਬਹੁਮਤ ਜਿੱਤੂਗੀ। ਕੋਈ ਖਾਸ ਸੁਨੇਹਾ ਆਪਣੇ ਸਪੋਰਟਰਾਂ ਨੂੰ ਦੇਣਾ ਚਾਹੋ? ਸੁਨੇਹਾ ਦੇਖੋ ਜੀ, ਇੱਦਾਂ ਦਾ ਜਿਹੜਾ ਮੌਕਾ ਵਾ ਬਾਰ ਬਾਰ ਨਹੀਂ ਮਿਲਣਾ। ਚੰਨੀ ਸਾਹਿਬ ਇੱਕ ਬਹੁਤ ਹੀ ਵਧੀਆ ਲੀਡਰ ਵੀ ਆ ਔਰ ਸਾਡੇ ਵੱਡੇ ਭਰਾ ਵੀ ਆ। ਚੰਨੀ ਸਾਹਿਬ ਨੂੰ ਇੱਥੋਂ ਵੱਧ ਤੋਂ ਵੱਧ ਵੋਟਾਂ ਆਪਾਂ ਜਿਤਾਈਏ, ਤਾਂ ਕਿ ਜੇ ਕੇਂਦਰ 'ਚ ਕਾਂਗਰਸ ਸਰਕਾਰ ਬਣਦੀ ਆ ਔਰ ਅਸੀਂ ਸ਼ਾਨ ਦਾ ਕਹਿ ਸਕੀਏ ਵੀ ਚੰਨੀ ਸਾਹਿਬ ਨੂੰ ਕੈਬਨਿਟ ਮੰਤਰੀ ਬਣਾਇਆ ਜਾਵੇ, ਔਰ ਜਦੋਂ ਕੈਬਨਿਟ ਮਿਨਿਸਟਰ ਬਣ ਗਏ ਪੰਜਾਬ ਦਾ ਖੁਸ਼ਹਾਲ ਹੋਰ ਵਧੂ, ਪੰਜਾਬੀ ਜਿਹੜੀ ਆਪਣੀ ਏਕਤਾ ਵਾ, ਪੰਜਾਬ ਦੇ ਮੁੱਦੇ ਆ ਸੈਂਟਰ 'ਚ ਲੈ ਕੇ ਜਾਣਗੇ ਔਰ ਹੱਲ ਕਰਾਉਣਗੇ ਆਪਣੇ। ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਬਹੁਤ ਬਹੁਤ ਧੰਨਵਾਦ ਸੁਦੀਪ ਜੀ ਤੁਹਾਡਾ ਵੀ। ਸੁਸ਼ੀਲ ਕੁਮਾਰ ਰਿੰਕੂ ਜੋ MP ਹੈ, ਜਦੋਂ ਜਿਮਨੀ ਚੌਣ ਦੇ ਵਿੱਚ ਨਕੋਦਰ ਦੇ ਵਿੱਚ ਆਏ ਸੀ ਤਾਂ ਪੂਰੀ ਭਗਵੰਤ ਮਾਨ ਸਰਕਾਰ ਆਪਣਾ ਪੂਰਾ ਲਾਮ ਲਸ਼ਕਰ ਲੈ ਕੇ ਲਗਾਤਾਰ ਚੋਣ ਪ੍ਰਚਾਰ ਹੋਇਆ ਸੀ। ਇੱਥੋਂ ਤੱਕ ਕਿ CM ਭਗਵੰਤ ਮਾਨ ਨੇ ਖੁਦ ਬਹੁਤ ਸਾਰੇ ਗੇੜੇ ਲਾਏ ਸੀ ਔਰ ਲੋਕਾਂ ਨੇ ਇੱਕ ਵੱਡੇ ਬਹੁਮਤ ਦੇ ਨਾਲ ਉਹਨੂੰ ਜਿਤਾਇਆ ਵੀ ਸੀ। ਪਰ ਉਹਨਾਂ ਦੇ ਕਾਰਜਕਾਲ ਦੇ ਵਿੱਚ ਨਕੋਦਰ ਵਿੱਚ ਉਹਨਾਂ ਨੇ ਖਾਸ ਕਰਕੇ ਕੀ ਕੰਮ ਕੀਤਾ? ਜੇ ਨਕੋਦਰ ਦਾ ਚੈਨਲ ਤਾਂ ਮੈਂ ਨਕੋਦਰ ਦੀ ਜ਼ਿਆਦਾ ਗੱਲ ਕਰਦਾ, ਇੱਥੋਂ ਤੱਕ ਹੈ ਕਿ ਜੇ ਬੱਸ ਸਟੈਂਡ ਵੀ ਉਹ ਡਿੱਗਣ ਵਾਲਾ ਹੈ ਔਰ ਕਿਸੇ ਟਾਈਮ ਉੱਥੇ ਵੱਡਾ ਹਾਦਸਾ ਵੀ ਵਾਪਰ ਸਕਦਾ, ਪਰ ਲੋਕਾਂ ਨੇ ਭਾਰੀ ਬਹੁਮਤ ਨਾਲ ਜਿਤਾਇਆ। ਪਰ ਸੁਸ਼ੀਲ ਕੁਮਾਰ ਰਿੰਕੂ ਨੇ ਆਪਣੀ ਉਪਾਰੀ ਬਦਲੀ ਔਰ ਆਪਣਾ ਫਾਇਦਾ ਦੇਖਦੇ ਹੋਏ ਉਹ ਦੂਜੀ ਪਾਰਟੀ ਚੇਂਜ ਕਰ ਲਈ ਅਤੇ ਹੁਣ BJP ਦੇ ਵਿੱਚ ਇਸ ਟਾਈਮ ਐਕਟਿਵ ਹੈ। ਕੁਛ ਲੋਕ ਕਹਿੰਦੇ KD ਦੇ ਰੇਟ ਤੋਂ ਡਰ ਗਏ, ਪਰ ਉਹਨਾਂ ਨੂੰ ਪਤਾ, ਪਰ ਨਕੋਦਰ ਵਾਸੀਆਂ ਲਈ ਉਹਨਾਂ ਨੇ ਕੀ ਕੀਤਾ ਇੱਕ ਬਹੁਤ ਵੱਡਾ ਸਵਾਲ ਹੈ। ਪਰ ਉਸ ਤੋਂ ਬਾਅਦ ਹੁਣ ਚਰਨਜੀਤ ਚੰਨੀ ਨੂੰ ਟਿਕਟ ਮਿਲੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਟਿਕਟ ਕਿਸ ਨੂੰ ਦਿੰਦੀ ਹੈ ਉਹ ਅਜੇ ਉਸਦਾ ਜੋ ਦੱਸਣਾ ਅਜੇ ਬਾਕੀ ਹੈ, ਉਹ ਕਿਸ ਨੂੰ ਟਿਕਟ ਦੇਣਗੇ। ਪਰ ਚੋਣ ਰੁਝਾਨ ਕਿਸ ਤਰ੍ਹਾਂ ਦੇ ਆਉਣਗੇ, ਨਕੋਦਰ ਵਾਸੀ ਕਿਸ ਨੂੰ ਫਤਵਾ ਜੇਤਾ ਦਿੰਦੇ ਹੈ, ਸਾਰੀ ਰਿਪੋਰਟ ਲੈ ਕੇ ਹਾਜ਼ਰ ਹੋਵਾਂਗਾ। ਇਹ ਗੌਰਵ ਜੈਨ ਜੀ ਨਾਲ ਆਪਾਂ ਵੱਖ ਵਿਸ਼ਿਆਂ 'ਤੇ ਗੱਲਬਾਤ ਵੀ ਕੀਤੀ ਹੈ। ਕੈਮਰਾਮੈਨ ਮਨਜੀਤ ਨੇ, ਹਰਦੀਪ ਪਹਿਨਾਰ ਨਿਊਜ਼ ਨਕੋਦਰ।